ਹਾਂ ਜੀ ਅਸਲਾਮ ਅਲੈਕੁਮ ਜਨਾਬ, ਅੱਜ ਅਸੀਂ ਮੰਡੀ ਅਮੀਨਪੁਰ ਬੰਗਲਾ ਜਨਾਬ ਵਿਜ਼ਿਟ ਕਰ ਰਹੇ ਜੀ। ਅਤੇ ਤੁਹਾਨੂੰ ਇਹ ਜਾਨਵਰ ਇਨਸ਼ਾਅੱਲਾ ਸਾਰੇ ਦਿਖਾਵਾਂਗੇ ਤੁਹਾਨੂੰ ਜਾਨਵਰ, ਇਹਨਾਂ ਦੇ ਰੇਟ ਸ਼ੇਟ ਵੀ ਇਨਸ਼ਾਅੱਲਾ ਦੱਸਾਂਗੇ। ਇਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਤੁਹਾਡੇ ਤੱਕ ਮਾਸ਼ਾਅੱਲਾ ਪਹੁੰਚ ਸਕੇ। ਤਾਂ ਚਲੋ ਜਨਾਬ ਵੀਡੀਓ ਸ਼ੁਰੂ ਕਰ ਜੀ। ਬਿਸਮਿਲ੍ਲਾ ਜਨਾਬ, ਕੀ ਹਾਲ? ਇਹ ਘੋੜੀ ਦੀ ਕਿੰਨੀ ਉਮਰ ਹੈ? 5 ਸਾਲ। ਲਓ ਜਨਾਬ, 5 ਸਾਲ ਭਾਈ ਦੱਸ ਰਿਹਾ। ਅਤੇ ਕੱਦ ਕਿੰਨਾ ਕੁ ਹੋਏਗਾ? ਸੱਤ ਗਿੱਠਾ ਤੋਂ ਵੱਧ ਹੈ। ਖਾਲੀ ਹੈ, ਲੱਗੀ ਹੋਈ ਹੈ ਡਾਂਸ ਡੂੰਸ ਦੇ? ਚੰਗੀ ਸੁਧਰੀ ਟੁੱਟਦੀ ਹੈ। ਅੱਛਾ, ਸੁਧਰੀ ਹੈ। ਅਤੇ ਕਿੰਨੇ ਪੈਸੇ ਫਾਈਨਲ? 2.5 ਲੱਖ ਰੁਪਈਆ ਜਨਾਬ। ਲਓ ਜੀ, 2.5 ਲੱਖ ਰੁਪਈਆ ਫਾਈਨਲ ਕਹਿੰਦੇ ਪੈ ਜੇ। ਹੱਥ ਪੈਰ ਜਨਾਬ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਘੋੜੀ ਦੇ। ਇਹ ਅਗਲੇ ਖੋਰ ਹੈਗੇ ਜੇ ਅਤੇ ਇਹ ਪਿਛਲੇ ਖੋਰ ਜੇ। ਨੰਬਰ ਦੱਸ। 0347 390 56 43 ਨਾਂ ਮੁਹੰਮਦ ਅਬੂ ਬਕਰ। ਅਤੇ ਪਿੰਡ ਕਿਹੜਾ? ਦਰਬਾਰ ਮਧੂਗਾ। ਅਤੇ ਆ ਇਹ ਗੱਭਣ? 4 ਮਹੀਨੇ ਦੀ ਗਰੰਟੀ ਦੇਗਾ? ਅੱਛਾ, 4 ਮਹੀਨੇ ਦੀ ਜਨਾਬ ਗੱਭਣ ਕਹਿੰਦਾ ਪਿਆ ਅਤੇ ਗਰੰਟੀ ਦੇਗਾ। ਅਤੇ ਇਹਦੀ ਹਾਈਟ ਕਿੰਨੀ ਕੁ ਹੋਏਗੀ? 7.5 ਫੁੱਟ। ਦੇਸੀ? ਪਿਓਰ ਦੇਸੀ ਮੋਰਨੀ। ਲਓ ਜੀ, ਪਿਓਰ ਦੇਸੀ ਕਹਿੰਦਾ ਪਿਆ ਜੀ। 7 ਗਿੱਠਾ ਕਾ ਦੇ ਜੇ, 4 ਮਹੀਨੇ ਦੀ ਕਹਿੰਦਾ ਪਿਆ ਜੀ ਗੱਭਣ ਹੈ ਇਹ, ਉਹਨਾਂ ਲਾਈ ਜਾਣ। ਅਤੇ ਇਹਦੇ ਕਿੰਨੇ ਕੁ ਫਾਈਨਲ ਨੇ? 2.5 ਲੱਖ ਰੁਪਈਆ। ਡਾਂਸ ਕਰਦੀ ਹੈ? ਡਾਂਸਰ ਨੇ? ਸਵਾਰੀ ਤੇ ਉੱਤੇ ਛੁਤਰੀ ਹੈ। ਇਹ ਵੀ ਛੁਤਰੀ ਹੈ? ਹਾਂਜੀ। ਲਓ ਜੀ, ਇਹ ਵੀ ਛੁਤਰੀ ਹੈਗੀ ਜੇ। ਇੱਕ ਵਾਰੀ ਅਸੀਂ ਸਾਰੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ, ਇਸ ਤੋਂ ਬਾਅਦ 1-to-1 ਕਰਕੇ ਜਨਾਬ ਸਾਰੀ ਜਾਨਵਰ ਤੁਹਾਨੂੰ ਇਹਦੇ ਤੁਹਾਨੂੰ ਦਿਖਾਵਾਂਗੇ। ਅਤੇ ਇਹਦੇ ਕਿੰਨੇ ਪੈਸੇ ਫਾਈਨਲ? 2.5 ਲੱਖ ਰੁਪਈਆ। ਤੇਰੇ ਕੋਲ ਕਿੰਨੇ ਡੰਗਰ ਨੇ? 3 ਡੰਗਰ ਦੇ। ਅਤੇ ਆਪੇ ਇਹਦੇ ਆਹ ਨਿਸ਼ਾਨ ਕਿਹਦੇ ਨੇ? 10 ਮਹੀਨੇ ਦੀ ਗੱਭਣ ਹੈ। ਨਹੀਂ, ਇਹਦੇ ਤੇ ਆਹ ਕੀ? ਕਾਠੀ ਦੇ ਨਿਸ਼ਾਨ ਹੈ। ਅੱਛਾ, ਸਪਾਟ ਦੇ ਨਿਸ਼ਾਨ। ਲਓ ਜੀ, ਕਾਠੀ ਦੇ ਨਿਸ਼ਾਨ। ਇਹ ਗੱਭਣ ਹੈਗੀ ਹੈ? 10 ਮਹੀਨੇ ਦੀ ਗੱਭਣ। ਅਤੇ ਕਿੰਨੇ ਪੈਸੇ ਇਹਦੇ? 4 ਲੱਖ। 4 ਲੱਖ ਰੁਪਈਆ ਫਾਈਨਲ? ਪਿਆਰ ਮੁਹੱਬਤ? ਪਿਆਰ ਮੁਹੱਬਤ। ਠੀਕ ਹੈ, 4 ਲੱਖ ਰੁਪਈਆ। ਅਤੇ ਗਰੰਟੀ ਦੇਗਾ? ਗਰੰਟੀ ਚੈੱਕ ਕਰਵਾ ਕੇ। ਅੱਛਾ, ਹੱਥ ਪੈਰ ਜਨਾਬ ਸਾਫ਼ ਹੈਗੇ ਜੇ, ਪਿੱਛੋਂ ਬਣਾ। ਅਤੇ ਕਿਧਰੇ ਲੱਗੀ ਵੀ ਹੈ ਕਿ ਕੋਰੀ ਹੈ? ਬਿਲਕੁਲ ਨਹੀਂ, ਸ਼ੁਤਰੀ ਚੰਗੀ ਹੈ। ਸਿਰਫ ਸ਼ੁਤਰੀ 30 ਤੋਂ 35 ਬੜੀ ਹੈ। ਹਾਂ, ਬੜੀ ਸਪੀਡ। ਤੇ ਜੇ ਕਿਸੇ ਨੇ ਕਿਹਾ ਤਾਂ 30 ਭਜਾ ਕੇ ਵਾ, ਫਿਰ ਭਜਾ ਕੇ ਵੀ ਤੇ ਫਿਰ ਕੀਮਤ ਲੱਗਣੀ ਹੈ। ਮੈਂ ਇਹਨਾਂ ਭਜਾ ਕੇ ਵੀ ਕਿਹਾ। ਹਾਂ, ਇਹ ਨਾ ਹੋਵੇ ਮੋਟਰਸਾਈਕਲ ਨਾਲ ਚਲਾ ਕੇ ਮੀਟਰ ਦੇ ਸੀ। ਚਲੋ ਜੀ, ਉਹ ਜਿਹਨੇ ਲੈ ਕੇ ਫਿਰ ਤਨ ਭਜਾ ਲਏਗਾ, ਜਾਂ ਇਹ ਭਜੇਗੀ ਜਾਂ ਉਹ ਭਜੇਗਾ। ਲਓ ਜੀ, ਚੱਕ ਵੜਦਾ ਜੀ। ਅੱਛਾ, ਇਹ ਪੈਸੇ ਫਿਰ ਦੱਸ ਦੇ ਵੀ ਇੱਕ ਵਾਰੀ ਪੈਸੇ, ਫਿਰ ਨੰਬਰ ਵੀ ਦੱਸ ਸਕਦਾ। 0347 ਹਾਂ, 90 56 43 ਅਤੇ ਪਹਿਲਾ ਸੂਆ ਹੈ ਜਾਂ ਅੱਗੇ ਵੀ ਸੂਏ ਸੂਏ ਹੈ? 3 ਸੂਏ ਅੱਗੇ ਸੂਏ। ਅੱਛਾ, 3 ਸੂਏ, ਠੀਕ ਹੈ। ਅਤੇ ਆ ਇਹਦੇ ਪੈਰ ਪੂਰ ਦੇ? ਬਿਲਕੁਲ ਫਿੱਟ ਹੈ। ਫਿੱਟ ਨੇ? ਆ ਉਹ ਤਾਂ ਨਹੀਂ ਨੇ ਗਿੱਟੀਆਂ ਤਾਂ ਨਹੀਂ ਨੇ? ਮਾੜਾ ਜਿਹਾ ਜ਼ਖਮ ਹੋਇਆ ਪਹਿਲਾਂ। ਉਹ ਪਰਲੇ ਪੈਰ 'ਚ ਗਿੱਟੀਆਂ ਤਾਂ ਨਹੀਂ ਨੇ? ਨਾ ਨਾ, ਉਹ ਥੱਲੇ ਇਹ ਹੈ। ਹਾਂ, ਨਹੀਂ ਇਹ ਵਾਲ ਚਿੱਟੇ ਨੇ। ਅੱਛਾ, ਇਹ ਵਾਲ ਸਫੈਦ ਨੇ। ਲਓ ਜਨਾਬ ਵੀਰ ਜੀ, ਮਾਸ਼ਾਅੱਲਾ, ਆ ਵੇਖੋ ਕਾਫੀ ਦੋਸਤ ਵੀਰੇ ਨੇ ਡੰਗਰ ਲੈਣ ਵਾਸਤੇ ਜਨਾਬ ਆਏ ਹੋਏ ਨੇ। ਗੱਭਣ ਹੈਗੇ 10 ਮਹੀਨੇ ਦੀ ਤਿਆਰ ਹੈ। 10 ਮਹੀਨੇ ਦੀ ਜਨਾਬ ਤਿਆਰ ਹੈਗੇ ਜੀ। ਅਤੇ ਨੰਬਰ ਤੁਹਾਡੇ ਕੋਲ ਜਨਾਬ ਆ ਗਿਆ। ਥੋੜ੍ਹਾ
तो लो जनाब माशाल्लाह वीडियो तुम्हें अच्छी लगी हो तो लाइक एंड शेयर जरूर कीजिएगा। इजाजत चाहते हैं जनाब, अल्लाह ही मान लगा। लो जनाब इस तो बाद वापस फिर इस बंदे को जड़िया घोड़िया ने वो असं तुम दोबारा तो बखाने यह घोड़ी जी ना पहले ने रखाई है। यह घोड़ी यह भी गब्बन है की है घोड़ी जी चार महीने के गब्बन है और सोहना रंग है और माशाल्लाह हाथ पैर इनके साफ है। उस तो बाद घोड़ी पहले तुम दिखाई सी यह घोड़ी, उस तो बाद दूसरी यह दिखाई है, तीसरी तुम दिखाई है पाँच महीने की, पाँच महीने की गब्बन महीने वो तो फिर एंड दे उत्ते तो घोड़े तो मिलाप है। लो जहाँ नुकरे घोड़े लो जी वीडियो अच्छी लगी तो लाइक शेयर जरूर कीजिएगा। ज़्यादा चाहना जनाब अल्लाह हाफिज़।